ਜਿਸ ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਸਵਾਗਤ ਲੌਗ ਆਈਡ ਲਾਈਵ ਵਿਦ ਜਸਪ੍ਰੀਤ ਸਿੰਘ ਅਟਰਨੀ ਐਟ ਲਾਅ। ਜਿਸ ਤਰ੍ਹਾਂ ਹਰ ਹਫਤੇ ਤੁਹਾਡੇ ਨਾਲ ਲਾਈਵ ਜੁੜਦੇ ਹਾਂ, ਇਸ ਹਫਤੇ ਵੀ ਸਾਨੂੰ ਜੁਆਇਨ ਕਰੇ ਜਸਪ੍ਰੀਤ ਸਿੰਘ ਜੀ, ਅਟਰਨੀ ਐਟ ਲਾਅ ਫਰੋਮ ਕੈਲੀਫੋਰਨੀਆ। ਜਸਪ੍ਰੀਤ ਜੀ, ਤੁਹਾਡਾ ਸ਼ੋਅ ਦੇ ਵਿੱਚ ਸਵਾਗਤ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜੀ, ਗੁੱਡ ਟੂ ਹੈਵ ਯੂ ਅਗੇਨ। ਜਸਪ੍ਰੀਤ ਜੀ, ਤੁਹਾਡੀ ਲੀਗਲ ਪ੍ਰੈਕਟਿਸ, ਤੁਹਾਡੀ ਐਕਸਪਰਟੀਜ਼ ਵੱਖ ਵੱਖ ਲੀਗਲ ਮਸਲਿਆਂ ਵਿੱਚ ਅਫਕੋਰਸ ਹੈਗੀ, ਬਟ ਇਮੀਗ੍ਰੇਸ਼ਨ ਵਿੱਚ ਆਪਾਂ ਕਹਿ ਸਕਦੇ ਹਾਂ ਤੁਸੀਂ ਸਭ ਤੋਂ ਜ਼ਿਆਦਾ ਫੋਕਸ ਰੱਖਦੇ ਹੋ। ਸੋ ਲੈਟਸ ਸਟਾਰਟ ਵਿਦ ਇਮੀਗ੍ਰੇਸ਼ਨ ਅਪਡੇਟਸ। ਕੀ ਕੁਛ ਅਪਡੇਟਸ ਤੁਸੀਂ ਸਾਡੇ ਨਾਲ ਅੱਜ ਸ਼ੇਅਰ ਕਰ ਸਕਦੇ ਹੋ? ਇਮੀਗ੍ਰੇਸ਼ਨ ਦੇ ਵਿੱਚ ਇੱਕ ਤਾਂ ਇਹ ਹੈਗਾ ਕਿ ਜਿਹੜੀ ਇਮੀਗ੍ਰੇਸ਼ਨ ਕੋਰਟ ਹੈ ਨਿਊਯਾਰਕ ਵਾਲੀ, ਉਹਦੀਆਂ ਜਿਹੜੀਆਂ ਹੀਅਰਿੰਗਸ ਨੇ ਉਹ ਓਪਨਿੰਗ ਹੈਗੀ, ਉਹ ਪੋਸਟਪੋਨ ਹੋ ਗਈ ਹੈ ਦਸੰਬਰ 4 ਤੱਕ ਜੀ। ਸੋ ਜਿੰਨੀਆਂ ਵੀ ਹੁਣ ਡੇਟਾ ਹੋਣਗੀਆਂ ਉਹ ਤੱਕ ਉਹ ਸਾਰੀਆਂ ਹੁਣ ਪੋਸਟਪੋਨ ਹੋਣਗੀਆਂ, ਤੇ ਬਾਕੀ ਦਸੰਬਰ 4 ਨੂੰ ਪਤਾ ਲੱਗੂ ਕਿ ਅੱਗੇ ਕੋਰਟ ਕਦੋਂ ਖੁੱਲ੍ਹਣੀ ਆ। ਬਾਕੀ ਜਿਹੜੀਆਂ ਕੋਰਟਾਂ ਹੁਣ ਖੁੱਲ੍ਹੀਆਂ ਹੈਗੀਆਂ ਹੋਰਾਂ ਸਟੇਟਾਂ 'ਚ, ਉੱਥੇ ਵੀ ਜਿਹੜੀਆਂ ਮਾਸਟਰ ਕਲੈਂਡਰ ਹੀਅਰਿੰਗ ਹੈਗੀਆਂ, ਡੇਟਾ ਉਹ ਨਹੀਂ ਕਰਾ ਰਹੇ, ਉਹ ਗਾਂਹ ਦੇ ਰਹੇ ਆ ਫਾਈਨ, ਜਿਹੜੀਆਂ ਇੰਡੀਵਿਜੁਅਲ ਡੇਟਾ ਫਾਈਨਲ ਉਹ ਕਰਾ ਰਹੇ ਆ ਜੀ। ਤੇ ਹੁਣ ਕੋਵਿਡ ਦੀ ਜਿਵੇਂ ਹੁਣ ਵੱਧ ਰਿਹਾ, ਕੋਵਿਡ ਬਹੁਤ ਜ਼ਿਆਦਾ, ਹੁਣ ਇੱਥੋਂ ਹੁਣ ਦੇਖਣ ਵਾਲੀ ਗੱਲ ਹੋਏਗੀ ਵੀ ਜਿਹੜੀਆਂ ਲੋਕਲ ਮਤਲਬ ਸਿਟੀ ਜਾਂ ਸਟੇਟ ਗਵਰਨਮੈਂਟਸ ਨੇ ਉਹ ਕੀ ਰਿਸਟ੍ਰਿਕਸ਼ਨ ਲਾਉਂਦੀਆਂ ਅੱਗੇ ਫਿਊਚਰ 'ਚ, ਜੇ ਉਹ ਲੱਗਦੀਆਂ ਉਹਦੇ ਨਾਲ ਵੀ ਕੋਰਟ ਓਪਨਿੰਗ ਜਾਂ ਡੇਟਾ 'ਤੇ ਅਸਰ ਪਏਗਾ। ਤੇ ਕਿਉਂਕਿ ਹੁਣ ਜਿੱਦਾਂ ਵੱਧ ਰਿਹਾ, ਜੇ ਨਾ ਕੰਟਰੋਲ 'ਚ ਆਇਆ ਤਾਂ ਹੋ ਸਕਦਾ ਵੀ ਕਈ ਜਗ੍ਹਾ 'ਤੇ ਦੁਬਾਰਾ ਲੋਕਡਾਊਨ ਵਰਗੀ ਸਿਚੁਏਸ਼ਨ ਹੋ ਜਾਵੇ ਜੀ। ਤੇ ਉਹ ਹੁਣ ਦੇਖਣ ਵਾਲੀ ਗੱਲ ਹੋਏਗੀ ਅਗਲੇ ਹੁਣ ਮਤਲਬ ਦਿਨਾਂ ਦੇ ਵਿੱਚ। ਤੇ ਇਸ ਤੋਂ ਇਲਾਵਾ ਜਿਹੜੀ ਅਗਲੀ ਆ ਉਹ ਰੂਲ ਇਹ ਹੈਗਾ ਇੰਪੋਰਟੈਂਟ ਨਿਊਜ਼ ਕਿ ਜਿਹੜਾ ਸਿਟੀਜ਼ਨਸ਼ਿਪ ਦਾ ਟੈਸਟ ਆ ਉਹ ਟਰੰਪ ਐਡਮਿਨਿਸਟ੍ਰੇਸ਼ਨ ਨੇ ਹੁਣ ਜਾਂਦੇ ਜਾਂਦੇ ਉਹ ਵੀ ਜਿਹੜਾ ਅੱਗੇ ਨਾਲੋਂ ਜ਼ਿਆਦਾ ਥੋੜ੍ਹਾ ਜਿਹਾ ਹਾਰਡ ਵੀ ਕਰਤਾ, ਡਿਟੇਲਡ ਕਰਤਾ, ਜਿਵੇਂ ਜ਼ਿਆਦਾ ਲੰਬਾ ਕਰਤਾ। ਅੱਛਾ ਜੀ। ਅੱਗੇ ਪਹਿਲਾਂ 10 'ਚੋਂ 6 ਸਵਾਲ ਪਾਸ ਕਰਨੇ ਹੁੰਦੇ ਸੀ, ਹੁਣ 20 'ਚੋਂ 12 ਕਰਨੇ ਆ। ਕੁਐਸਚਨ ਵੀ ਜ਼ਿਆਦਾ ਕਰਤੇ ਆ, ਜਿਵੇਂ ਅੱਗੇ 100 ਕੁਐਸਚਨ ਸੀ, ਹੁਣ 138 ਕਰਤੇ ਵਧਾ ਕੇ ਜੀ। ਉਹ ਜਿਹੜਾ ਹਿਸਟਰੀ ਤੇ ਜਿਹੜਾ ਹੈਗਾ ਪੋਲੀਟੀਕਲ ਜਿਹੜੀ ਸਾਇੰਸ ਦਾ ਜਿਹੜਾ ਪੋਰਸ਼ਨ ਆ ਉਹ ਜ਼ਿਆਦਾ ਕਰ ਦਿੱਤਾ। ਤੇ ਉਹਦੇ ਨਾਲ ਹੁਣ ਜਿਹੜੇ ਹੁਣ ਬੰਦਿਆਂ ਨੂੰ ਇੰਗਲਿਸ਼ ਦੀ ਪ੍ਰੋਬਲਮ ਹੈ ਜਾਂ ਓਲਡ ਨੇ ਜਾਂ ਮੈਮਰੀ ਦੀ ਪ੍ਰੋਬਲਮ ਹੈ, ਉਹਨਾਂ ਨੂੰ ਥੋੜ੍ਹਾ ਜਿਹਾ ਹਾਰਡ ਲੱਗੇਗਾ ਜ਼ਿਆਦਾ ਜੀ। ਤੇ ਇਹ ਇਹਨਾਂ ਦੀ ਜਿਹੜੀ ਪਾਲਿਸੀ ਹੈਗੀ ਆ ਵੀ ਇਮੀਗ੍ਰੇਸ਼ਨ ਨੂੰ ਰਿਸਟ੍ਰਿਕਟ ਕਰਨਾ, ਜਿਵੇਂ ਸ਼ੁਰੂ ਤੋਂ ਹੀ ਪਿਛਲੇ 4 ਸਾਲਾਂ ਤੋਂ ਉਹਦੇ ਵੱਲ ਦੀ ਇੱਕ ਹੋਰ ਇਹ ਸਟੈਪ ਆ। ਤੇ ਇਹ ਇਹਨਾਂ ਨੇ ਕੀਤਾ, ਹੁਣ ਨਵੀਂ ਐਡਮਿਨਿਸਟ੍ਰੇਸ਼ਨ ਦੇਖਦੇ ਆ ਜਦੋਂ ਆਏਗੀ ਕੀ ਕਰਦੀ ਹੈ, ਇਹਨੂੰ ਹੁਣ ਰੋਡ ਬੈਕ ਕਰਦੀ ਹੈ, ਇਹਨੂੰ ਰੱਖਦੀ ਇੱਦਾਂ ਜੀ। ਪਰ ਇਹ ਥੋੜ੍ਹੀ ਜਿਹੀ ਹਾਰਡਸ਼ਿਪ ਜ਼ਰੂਰ ਹੋਊਗੀ ਜਿਹੜੇ ਮਤਲਬ ਬੰਦੇ ਜਿਹਨਾਂ ਨੂੰ ਤਾਂ ਇੰਗਲਿਸ਼ ਦੀ ਕੋਈ ਪ੍ਰੋਬਲਮ ਹੈ ਉਹਨਾਂ ਵਾਸਤੇ ਤਾਂ ਐਡੀ ਵੱਡੀ ਗੱਲ ਨਹੀਂ ਹੈ। ਤੇ ਪਰ ਜਿਹੜੇ ਓਲਡ ਹੈਗੇ ਥੋੜ੍ਹੇ ਸੀਨੀਅਰ ਨੇ ਮਤਲਬ ਸਿਟੀਜ਼ਨ ਜਾਂ ਜਿਹੜੇ ਪਾਂਡਾ ਜਿਹੜੇ ਸੀਨੀਅਰ ਨੇ, ਜਿਵੇਂ ਜਿਹਦੀ ਉਮਰ 50-55 ਸਾਲ ਤੋਂ ਉੱਪਰ ਆ, ਕਈਆਂ ਨੂੰ ਇੰਗਲਿਸ਼ ਦੀ ਪ੍ਰੋਬਲਮ ਹੁੰਦੀ ਆ, ਤੇ ਉਹੋ ਜਿਹਾ ਲਈ ਥੋੜ੍ਹਾ ਜਿਹਾ ਔਖਾ ਹੋ ਗਿਆ ਅੱਗੇ ਨਾਲੋਂ ਜੀ। ਜੀ ਜੀ, ਆਈ ਥਿੰਕ ਡੈਫੀਨੇਟਲੀ ਇਸ ਚੀਜ਼ ਨੂੰ ਲੈ ਕੇ ਆਪਾਂ ਐਕਸਪੈਕਟ ਕਰ ਸਕਦੇ ਹਾਂ ਕਿ ਨਵੀਂ ਐਡਮਿਨਿਸਟ੍ਰੇਸ਼ਨ ਕੁਛ ਇਹ ਚੇਂਜਿਸ ਨੂੰ ਵਾਪਸ ਲੈ ਸਕਦੀ ਹੈ, ਜਾਂ ਤੁਹਾਨੂੰ ਨਹੀਂ ਲੱਗਦਾ ਉਹ ਇਸ ਚੀਜ਼ ਨੂੰ ਜ਼ਿਆਦਾ ਇਹਦੇ 'ਤੇ ਫੋਕਸ ਕਰਨਗੇ? ਨਹੀਂ ਲੈ ਸਕਦੇ, ਉਹਨੂੰ ਧਿਆਨ 'ਚ ਲਿਆਂਦਾ ਜਾਵੇ, ਕਿਉਂਕਿ ਸੁਨੀਤਾ ਜੀ ਇਸ ਤਰ੍ਹਾਂ ਹੈਗਾ ਕਿ ਇਹ ਦੋ ਕਿਸਮ ਦੀਆਂ ਹੁੰਦੀਆਂ ਨੇ ਚੇਂਜਿਸ ਜੀ। ਇੱਕ ਤਾਂ ਉਹ ਹੈਗੀਆਂ ਜਿਹੜੀਆਂ ਕਿ ਹੁੰਦੀਆਂ ਹੈਗੀਆਂ ਲੈਜਿਸਲੇਟਿਵ, ਜਿਵੇਂ ਕੋਈ ਬਿੱਲ ਜਿਹੜਾ ਹੈਗਾ ਉਹ ਜਾਂ ਕੋਈ ਲਾਅ ਪਾਸ ਹੁੰਦਾ ਹੈਗਾ ਹਾਊਸ ਆਫ ਰੈਪਰਜੈਂਟੇਟਿਵ ਤੋਂ, ਫਿਰ ਸੈਨੇਟ ਤੋਂ, ਫਿਰ ਪ੍ਰੈਜ਼ੀਡੈਂਟ ਸਾਈਨ ਕਰਦਾ, ਉਹ ਥੋੜ੍ਹਾ ਜਿਹਾ ਡਿਫੀਕਲਟ ਆ, ਕਿਉਂਕਿ ਉਹਦੇ ਵਾਸਤੇ ਸੈਨੇਟ ਦੇ ਵਿੱਚ ਮੈਜੋਰਟੀ ਹੋਣੀ ਜ਼ਰੂਰੀ ਆ, ਹਾਊਸ 'ਚ ਜ਼ਰੂਰੀ, ਹੁਣ ਹਾਊਸ ਤਾਂ ਮੈਜੋਰਟੀ ਹੈਗੀ ਹੈ ਡੈਮੋਕ੍ਰੈਟਿਕ ਪਾਰਟੀ ਦੀ, ਪਰ ਸੈਨੇਟ ਦੇ ਵਿੱਚ ਨਹੀਂ ਜੀ। ਤੇ ਜੇ ਸੈਨੇਟ ਦੇ ਵਿੱਚ ਮੈਜੋਰਟੀ ਨਾ ਆਈ ਤਾਂ ਇਮੀਗ੍ਰੇਸ਼ਨ ਦਾ ਇਸ਼ੂ ਮੇਰਾ ਨਹੀਂ ਖਿਆਲ ਵੀ ਜਿਹੜੀ ਹੁਣ ਦੀ ਰਿਪਬਲਿਕਨ ਲੀਡਰਸ਼ਿਪ ਆ ਇਹ ਕੋਈ ਸੈਨੇਟ ਦੇ ਵਿੱਚ ਕਿਸੇ ਪਾਸੇ ਲੱਗਣ ਦਊਗੀ, ਕਿਉਂਕਿ ਉਹ ਨਹੀਂ ਚਾਹੁੰਦੇ ਕਿ ਇਸ ਐਡਮਿਨਿਸਟ੍ਰੇਸ਼ਨ ਨੂੰ ਕੋਈ ਵੀ ਕ੍ਰੈਡਿਟ ਜਾਵੇ ਇਮੀਗ੍ਰੇਸ਼ਨ ਦਾ ਜੀ। ਤੇ ਉਹ ਸੈਨੇਟ ਦਾ ਇਸ ਕਰਕੇ ਲਾਅ ਵਗੈਰਾ ਦਾ ਪਾਸ ਆਊਟ ਦੀ ਉਮੀਦ ਲੱਗਦੀ ਨਹੀਂ ਜੀ। ਤੇ ਪਰ ਜੇ ਜੋ ਬਾਈਡਨ ਹੁਣ ਬਹੁਤ ਦੇਰ ਸੈਨੇਟ ਦੇ ਵਿੱਚ ਆਪ ਰਹੇ ਨੇ, ਇਸ ਕਰਕੇ ਜੇ ਉਹਨਾਂ ਦੇ ਪਰਸਨਲ ਕਨੈਕਸ਼ਨ ਹੈਗੇ ਆ, ਜੇ ਉਹ ਬਹੁਤ ਜ਼ਿਆਦਾ ਇੰਟਰਸਟ ਲੈਣ ਤਾਂ ਉੱਥੇ ਕੁਛ ਨਾ ਕੁਛ ਕਰਾ ਵੀ ਸਕਦੇ ਆ ਜੀ। ਪਰ ਆਮ ਹਾਲਾਤ ਦੇ ਵਿੱਚ ਇਹ ਲੱਗਦਾ ਵੀ ਕਿਉਂਕਿ ਜੇ ਮੈਜੋਰਟੀ ਰਿਪਬਲਿਕਨ ਪਾਰਟੀ ਦੀ ਰਹਿੰਦੀ ਹੈ ਸੈਨੇਟ ਦੇ ਵਿੱਚ, ਉੱਥੇ ਇਮੀਗ੍ਰੇਸ਼ਨ ਦਾ ਜਿਹੜਾ ਰਿਫੋਰਮ ਆਪਾਂ ਗੱਲ ਕਰ ਰਹੇ ਹਾਂ ਉਹ ਹੋਣ ਦੀ ਸੰਭਾਵਨਾ ਨਹੀਂ ਇੰਨੀ ਹੈਗੀ ਜੀ। ਲੇਕਿਨ ਜਿਹੜੇ ਪ੍ਰੈਜ਼ੀਡੈਂਟ ਟਰੰਪ ਨੇ ਐਗਜ਼ੈਕਟਿਵ ਆਪਣੇ ਐਗਜ਼ੈਕਟਿਵ ਆਰਡਰਾਂ ਦੇ ਨਾਲ ਚੇਂਜਸ ਕੀਤੀਆਂ, ਜਾਂ ਜਿਹੜੇ ਉਹਨਾਂ ਨੇ ਉਹਨਾਂ ਦਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਜਿਹੜਾ ਐਕਟਿੰਗ ਹੈਡ ਆ ਉਹਨੇ ਚੇਂਜਸ ਕੀਤੀਆਂ, ਉਹ ਸਾਰੀਆਂ ਜਿਹੜੀਆਂ ਨੇ ਉਹ ਤਾਂ ਕੋਰਟਾਂ ਵੀ ਤੋੜ ਰਹੀਆਂ ਨੇ, ਉਹ ਜਿਹੜੀਆਂ ਚੇਂਜਸ ਨੇ ਉਹਨਾਂ ਨੂੰ ਇਹ ਜਦੋਂ ਬਣਦੇ ਆ ਪ੍ਰੈਜ਼ੀਡੈਂਟ ਬਾਈਡਨ
ਸੌਂ ਚੱਕਦੇ ਆ ਜੀ, ਉਦੋਂ ਉਹ ਉਹਨਾਂ ਨੂੰ ਜਿਹੜਾ ਹੈਗਾ ਉਹ ਚੇਂਜ ਕਰ ਸਕਦੇ ਆ, ਉਹਨਾਂ ਐਗਜ਼ੀਕਟਿਵ ਬੋਰਡਸ ਨੂੰ ਰਿਵਰਸ ਕਰ ਸਕਦੇ ਆ। ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਜਿਹੜਾ ਐਕਟਿੰਗ ਸੈਕਟਰੀ ਹੈ, ਜਿਹੜਾ ਉਹਨੇ ਜੋ ਵੀ ਰੂਲ ਬਣਾਏ ਉਹਨਾਂ ਨੂੰ ਚੇਂਜ ਕਰ ਸਕਦੇ ਆ ਜੀ। ਤੇ ਉਹ ਉਹਨਾਂ ਦੇ ਵਿੱਚ ਆ ਜਾਂਦਾ ਜਿਹੜਾ ਇਮੀਗ੍ਰੇਸ਼ਨ ਦਾ ਟੈਸਟ ਵੀ ਹੈ ਵੀ ਕੋਈ ਇਹਨਾਂ ਦੀ ਕਾਂਗਰਸ, ਕਿਉਂਕਿ ਜਿਹੜੇ ਵੀ ਐਕਸ਼ਨ ਇਸ ਐਡਮਿਨਿਸਟ੍ਰੇਸ਼ਨ ਨੇ ਲਏ ਆ, ਟਰੰਪ ਐਡਮਿਨਿਸਟ੍ਰੇਸ਼ਨ ਨੇ, ਉਹ ਕਾਂਗਰਸ ਦੀ ਅਪਰੂਵਲ ਨਾਲ ਨਹੀਂ ਲਏ, ਉਹਨਾਂ ਨੇ ਇਹ ਉਹਨੇ ਆਪਣੇ ਤੌਰ ਤੇ ਲਏ ਆ ਆਪ ਹੀ ਜੀ। ਤੇ ਜਿਹੜੇ ਆਪ ਹੀ ਲਏ ਆ ਐਕਸ਼ਨ, ਉਹਨਾਂ ਨੂੰ ਜਿਹੜੀ ਨਵੀਂ ਐਡਮਿਨਿਸਟ੍ਰੇਸ਼ਨ ਆ ਉਹ ਚੇਂਜ ਕਰ ਸਕਦੀ ਆ, ਉਹ ਆਪਣੇ ਤੌਰ ਤੇ ਕਰ ਸਕਦੀ ਜੀ। ਜੀ, ਸੋ ਲੈਟਸ ਸੀ ਕਿ ਕਿਸ ਤਰ੍ਹਾਂ ਇਹ ਚੀਜ਼ ਪਲੇ ਆਊਟ ਹੁੰਦੀ ਹੈ। ਆਈ ਥਿੰਕ ਇਹ ਚੀਜ਼ ਤੁਸੀਂ ਬੜੀ ਵਧੀਆ ਤਰੀਕੇ ਨਾਲ ਐਕਸਪਲੇਨ ਕੀਤੀ ਕਿ ਇੱਕ ਐਗਜ਼ੈਕਟਿਵ ਆਰਡਰ ਜੋ ਤੁਸੀਂ ਸਿਰਫ ਖਾਲੀ ਇੱਕ ਪ੍ਰੈਜ਼ੀਡੈਂਟ ਸਾਈਨ ਕਰਦਾ ਵਰਸਿਜ਼ ਇੱਕ ਲਾਅ ਜਿਹਦੇ 'ਤੇ ਵੋਟਾਂ ਪੈਂਦੀਆਂ, ਤੁਹਾਨੂੰ ਕੰਸੈਂਸਸ ਲੈਣੀ ਪੈਂਦੀ ਹੈ, ਤੁਹਾਨੂੰ ਅਪਰੂਵਲ ਲੈਣਾ ਪੈਂਦਾ, ਉਹਨੂੰ ਪਾਸ ਕਰਨਾ ਪੈਂਦਾ, ਉਸ ਚੀਜ਼ ਨੂੰ ਅਨਡੂ ਕਰਨਾ ਕਿੰਨਾ ਔਖਾ ਹੈ ਵਰਸਿਜ਼ ਇੱਕ ਸਿਗਨੇਚਰ ਨੂੰ ਅਨਡੂ ਕਰਨ ਲਈ। ਇੱਕ ਸਿਗਨੇਚਰ ਹੀ ਬਥੇਰਾ ਸਫੀਸ਼ੀਐਂਟ ਹੁੰਦਾ ਹੈ। ਡਾਕਾ ਨੂੰ ਲੈ ਕੇ ਇੱਕ ਰੂਲਿੰਗ ਹੋਈ ਹੈ, ਉਹਦੇ ਬਾਰੇ ਸਾਨੂੰ ਦੱਸੋ। ਨਿਊਯਾਰਕ ਦੇ ਵਿੱਚ ਜਿਹੜੀ ਹੈਗੀ ਆ, ਉੱਥੋਂ ਦੇ ਡਿਸਟ੍ਰਿਕਟ ਕੋਰਟ ਨੇ ਇੱਕ ਡਿਸੀਜਨ ਦਿੱਤਾ, ਉਹਨਾਂ ਨੇ ਕਿਹਾ ਵੀ ਜਿਹੜਾ ਐਕਟਿੰਗ ਹੋਮਲੈਂਡ ਸਿਕਿਉਰਿਟੀ ਦਾ ਸੈਕਟਰੀ ਆ, ਉਹਨੇ ਜਿਹੜੇ ਡਾਕਾ ਵਾਲਿਆਂ ਦੇ ਰਿਸਟ੍ਰਿਕਸ਼ਨਾਂ ਲਾਈਆਂ ਸੀ, ਇੱਕ ਤਾਂ ਉਹਨੇ ਕਿਹਾ ਸੀ ਇਹਨਾਂ ਨੂੰ ਜਿਹੜੀ ਹੈਗੀ ਪਰਮਿਸ਼ਨ ਨਹੀਂ ਮਿਲ ਸਕਦੀ ਬਾਹਰ ਜਾਣ ਦੀ ਜੀ, ਟਰੈਵਲ ਕਰਨ ਦੀ ਜੀ। ਇੱਕ ਉਹਨੇ ਕੁਛ ਹੋਰ ਨਵੀਆਂ ਐਪਲੀਕੇਸ਼ਨਾਂ ਲੈਣ ਤੋਂ ਮਨਾ ਕਰਤਾ ਸੀ, ਤੇ ਉਹਨਾਂ ਨੇ ਉਹ ਜੱਜ ਨੇ ਉਹ ਕਿਹਾ ਵੀ ਇਹਦੇ ਕੋਲ ਅਥਾਰਟੀ ਹੈ ਨਹੀਂ ਰੂਲ ਬਣਾਉਣ ਦੀ ਕੋਈ ਜੀ। ਅੱਗੇ ਵੀ ਜਿਹੜਾ ਕੋਰਟਾਂ ਨੇ ਜਿਵੇਂ ਇਹਨਾਂ ਨੇ ਫੀਸਾਂ ਵਧਾਈਆਂ ਸੀ 2 ਅਕਤੂਬਰ ਤੋਂ, ਉਹ ਵੀ ਕੋਰਟਾਂ ਨੇ ਕਿਹਾ ਨਹੀਂ ਵਧਣੇ ਚਾਹੀਦੀਆਂ ਜੀ। ਤੇ ਉਹ ਸਾਰਾ ਕੁਛ ਜਿਹੜਾ ਕੋਰਟਾਂ ਨੇ ਕੀਤਾ, ਉਹ ਮਤਲਬ ਉਹਦੇ ਵਿੱਚ ਇੱਕ ਵੱਡਾ ਗਰਾਊਂਡ ਇਹੀ ਹੁੰਦਾ ਸੀ ਕਿ ਜਿਹੜਾ ਇਹਨਾਂ ਦਾ ਹੋਮਲੈਂਡ ਸਿਕਿਉਰਿਟੀ ਦਾ ਸੈਕਟਰੀ ਆ ਉਹ ਕਨਫਰਮਡ ਨਹੀਂ ਹੈਗਾ ਸੈਨੇਟ ਦੁਆਰਾ ਜੀ, ਉਹ ਐਕਟ ਆ, ਤੇ ਜਿਹਦੀ ਪ੍ਰਿੰਟ ਹੋਈ ਆ ਉਹ ਸਹੀ ਤਰੀਕੇ ਨਾਲ ਨਹੀਂ ਕੀਤੀ ਗਈ ਜੀ, ਜਿਹਦੇ ਕਰਕੇ ਉਹਨਾਂ ਨੇ ਜਿੰਨੇ ਵੀ ਇਹਨਾਂ ਨੇ ਉਹਨੇ ਚੇਂਜਸ ਕੀਤੀਆਂ ਉਹ ਸਾਰੀਆਂ ਰੋਕੀਆਂ ਨੇ। ਹੁਣ ਵੀ ਉਹੀ ਕਿਹਾ ਕਿ ਉਹਨੇ ਰੋਕੀ ਆ ਜਿਹੜੀ ਹੈਗੀ ਬਰੁਕਲਿਨ ਦੀ ਕੋਰਟ ਨੇ ਕਿ ਜੀ ਇਹਦੀ ਅਪਾਰਟਮੈਂਟ ਹੀ ਪਹਿਲਾਂ ਸਹੀ ਨਹੀਂ ਹੈਗੀ, ਤੇ ਇਸ ਕਰਕੇ ਇਹ ਇਹਦਾ ਦੇ ਚੇਂਜਸ ਕਿੱਦਾਂ ਕਰ ਸਕਦਾ ਜੀ। ਤੇ ਉਹਦਾ ਵੀ ਡਾਕਾ ਵਾਲੇ ਦਾ ਸਿਪੈਂਡ ਨੂੰ ਫਾਇਦਾ ਹੋਏਗਾ। ਪਲੱਸ ਬਾਈਡਨ ਸਾਹਿਬ ਨੇ ਇਹ ਗੱਲ ਕਹੀ ਆ ਕਿ ਜਦੋਂ ਮੈਂ ਸਹੁੰ ਚੱਕਾਂਗਾ ਉਸ ਤੋਂ ਬਾਅਦ ਮੈਂ ਡਾਕਾ ਬਾਰੇ ਇੱਕ ਐਗਜ਼ੈਕਟਿਵ ਆਰਡਰ ਕਰਾਂਗਾ। ਅੱਛਾ ਜੀ, ਤੇ ਉਹ ਮੇਰਾ ਖਿਆਲ ਆ ਕਿਉਂਕਿ ਏਦਾਂ ਨਾ ਹੁਣ ਪ੍ਰੈਜ਼ੀਡੈਂਟ ਟਰੰਪ ਨੇ ਇੱਕ ਪੜਾਤਾ ਵੀ ਕਿਸਮ ਦਾ ਪ੍ਰੈਜ਼ੀਡੈਂਟ ਬਣ ਗਿਆ, ਇੱਕ ਪਿਰਤ ਪਾਤੀ ਹੈ ਕਿ ਐਗਜ਼ੈਕਟਿਵ ਆਰਡਰ ਦੇ ਨਾਲ ਗਵਰਨ ਕਰਨਾ, ਤੇ ਪ੍ਰੈਜ਼ੀਡੈਂਟ ਟਰੰਪ ਜ਼ਿਆਦਾਤਰ ਐਗਜ਼ੈਕਟਿਵ ਆਰਡਰ ਨਾਲ ਹੀ ਕਰਦੇ ਰਹੇ ਸਾਰਾ ਕੁਛ ਜੀ। ਤੇ ਉਹੀ ਹੁਣ ਫੋਲੋ ਜੋ ਬਾਈਡਨ ਵੀ ਕਰ ਸਕਦੇ ਆ, ਕਿਉਂਕਿ ਜੇ ਸੈਨੇਟ ਦੇ ਵਿੱਚ ਉਹਨਾਂ ਦੀ ਗੱਲ ਜਿਹੜੀ ਸੈਨੇਟ ਦੀ ਰਿਪਬਲਿਕਨ ਮੈਜੋਰਟੀ ਨੇ ਨਾ ਅੱਗੇ ਚੱਲਣ ਦਿੱਤੀ, ਤਾਂ ਐਗਜ਼ੈਕਟਿਵ ਆਰਡਰ ਦੇ ਨਾਲ ਹੀ ਚੇਂਜਸ ਕਰਨਗੇ। ਪਹਿਲਾਂ ਤਾਂ ਉਹ ਜਿਹੜੀਆਂ ਚੇਂਜਸ ਟਰੰਪ ਸਾਹਿਬ ਨੇ ਕੀਤੀਆਂ ਇਹਨਾਂ ਨੂੰ ਅਨਡੂ ਕਰਨ ਦੀ ਕੋਸ਼ਿਸ਼ ਕਰਨਗੇ ਜੀ, ਤੇ ਉਹ ਕਰਨਗੇ ਇਹਨਾਂ ਨੂੰ ਜਿਹੜੇ ਆਪਣੇ ਤੌਰ ਤੇ ਕੁਛ ਜਿਹੜੀਆਂ ਇਹਨਾਂ ਦੇ ਆਪ ਨਹੀਂ ਕੀਤੀਆਂ ਪ੍ਰੈਜ਼ੀਡੈਂਟ ਨੇ ਟਰੰਪ ਨੇ, ਉਹ ਜਿਹੜਾ ਮਤਲਬ ਐਕਟਿੰਗ ਸੈਕਟਰੀ ਆ ਹੋਮਲੈਂਡ ਸਿਕਿਉਰਿਟੀ ਦਾ ਉਹਨੇ ਕੀਤੀਆਂ, ਉਹ ਜਿਹੜਾ ਇਹਨਾਂ ਦਾ ਹੋਮਲੈਂਡ ਸਿਕਿਉਰਿਟੀ ਦਾ ਸੈਕਟਰੀ ਬਣੇਗਾ ਉਹ ਆਪਣੇ ਤੌਰ ਤੇ ਕਰ ਸਕਦਾ ਜੀ, ਡਿਪਾਰਟਮੈਂਟ ਲਈ ਅਟਾਰਨੀ ਜਨਰਲ ਕਰ ਸਕਦਾ ਆਪਣੇ ਤੌਰ ਤੇ ਕੁਛ ਆਪਣੇ ਡਿਪਾਰਟਮੈਂਟ ਚੇਂਜਸ, ਸੋ ਆਪਣੇ ਤੌਰ ਤੇ ਕਰਨਗੇ ਜੋ ਵੀ ਕਰ ਸਕਦੇ ਆ। ਸਿਆਲ ਮਾੜਾ ਲਈ ਸੀ ਉਹਨਾਂ ਨੇ ਕਿਹਾ ਵੀ ਜੋ ਇਹਨਾਂ ਨੇ ਹਾਰਡ ਕੀਤਾ ਉਹਨੂੰ ਚੇਂਜਸ ਕਰਨਗੇ, ਜਿਵੇਂ ਇਹਨਾਂ ਨੇ ਪੜਾਇਆ ਵੀ ਕੰਟਰੀ ਦੇ ਵਿੱਚ ਅਪਲਾਈ ਕਰੋ ਜਾਂ ਇੱਥੇ ਜਿਹੜਾ ਬੰਦਾ ਆਉਂਦਾ ਉਹਨੂੰ ਮਤਲਬ ਬਿਨਾਂ ਕਈ ਸੋਹਣੇ ਡਿਪੋਰਟ ਕਰ ਦਿੰਦੇ ਆ, ਜਾਂ ਇਹਨਾਂ ਨੇ ਜਿਹੜਾ ਨੰਬਰ ਬਹੁਤ ਜ਼ਿਆਦਾ ਘਟਾਤਾ ਜਿਹੜੇ ਬੰਦੇ ਆ ਉਹਨਾਂ ਦਾ, ਤੇ ਉਸ ਕਿਸਮ ਦੇ ਜਿਹੜੇ ਚੇਂਜਸ ਨੇ ਉਹ ਐਗਜ਼ੈਕਟਿਵ ਆਰਡਰ ਦੇ ਰਾਹੀਂ ਕਰਨਗੇ, ਇਹ ਕਿਹਾ ਪ੍ਰੈਜ਼ੀਡੈਂਟ ਬਾਈਡਨ ਨੇ ਜੀ। ਸੋ ਹੁਣ ਦੇਖਦੇ ਆ ਜਦੋਂ ਸਮਝ ਚੱਕਦੇ ਆ ਉਹ, ਕਿਉਂਕਿ ਇਸ ਟਾਈਮ ਤਾਂ ਪ੍ਰੈਜ਼ੀਡੈਂਟ ਇਲੈਕਟ ਨੇ ਉਹ, ਜਦੋਂ ਪ੍ਰੈਜ਼ੀਡੈਂਟ ਬਣਨਗੇ ਮਤਲਬ 20 ਜਨਵਰੀ ਨੂੰ, ਤੇ ਉਸ ਤੋਂ ਬਾਅਦ ਉਹ ਆਪਣੇ ਤੌਰ ਤੇ ਕਰਨਗੇ, ਤੇ ਉਹਦੇ 'ਚ ਉਮੀਦ ਹੈਗੀ ਆ ਕਿ ਇਮੀਗ੍ਰੇਸ਼ਨ ਦੇ ਲਈ ਇੱਕ ਵੱਡੀ ਰਾਹਤ ਆਉਣ ਦੀ ਉਮੀਦ ਆ ਜੀ। ਜੀ ਜਸਪ੍ਰੀਤ ਜੀ, ਜਿੱਥੇ ਆਪਾਂ ਲੀਗਲ ਪ੍ਰੈਕਟਿਸ ਅਤੇ ਤੁਹਾਡੀ ਸਰਵਿਸਿਜ਼ ਦੀ ਗੱਲ ਕਰਦੇ ਹਾਂ, ਆਫਕੋਰਸ ਤੁਹਾਡੇ ਆਫਿਸਿਸ ਨੇਸ਼ਨ ਵਾਈਡ ਇਹ ਵੱਖ ਵੱਖ ਲੀਗਲ ਸਰਵਿਸਿਜ਼ ਪ੍ਰੋਵਾਈਡ ਕਰਦੇ ਹੈ, ਸਾਡੇ ਵਿਊਅਰਸ ਨੂੰ ਪਤਾ ਹੋਣਾ ਚਾਹੀਦਾ, ਬਟ ਮੈਂ ਤੁਹਾਡੀ ਥੋੜ੍ਹੀ ਜਿਹੀ ਕਮੈਂਟਰੀ ਲੈਣਾ ਚਾਹੁੰਦੀ ਹਾਂ ਔਨ ਕਰੰਟ ਇਵੈਂਟਸ, ਰਾਈਟ? ਸੋ ਜਿੱਥੇ ਤੁਸੀਂ ਕਿਹਾ ਹੈ ਕਿ ਜੋ ਬਾਈਡਨ ਇਸ ਵੇਲੇ ਪ੍ਰੈਜ਼ੀਡੈਂਟ ਇਲੈਕਟ ਹਨ, ਪ੍ਰੈਜ਼ੀਡੈਂਟ ਟਰੰਪ ਨੇ ਹਾਲੇ ਵੀ ਮਤਲਬ ਆਪਾਂ ਕਹਿ ਸਕਦੇ ਹਾਂ ਸਿੱਧੇ ਸ਼ਬਦਾਂ 'ਚ ਰਿਜ਼ਲਟਸ ਨੂੰ ਐਕਸੈਪਟ ਨਹੀਂ ਕੀਤਾ, ਇਸ ਇਲੈਕਸ਼ਨ ਦੇ ਰਿਜ਼ਲਟਸ ਨੂੰ ਉਹਨਾਂ ਨੇ ਐਕਸੈਪਟ ਨਹੀਂ ਕੀਤਾ ਕਿ ਜੋ ਬਾਈਡਨ ਨੂੰ ਇਨਫ ਇਲੈਕਟੋਰਲ ਕਾਲਜ ਵੋਟਸ ਮਿਲ ਗਈਆਂ ਉਹਨਾਂ ਨੂੰ ਪ੍ਰੈਜ਼ੀਡੈਂਟ ਬਣਾਉਣ ਲਈ। ਇਸ ਵੇਲੇ ਆਈ ਥਿੰਕ ਸਾਰੇ ਕੰਟਰੀ ਦੀ ਨਜ਼ਰ ਜੋਰਜੀਆ 'ਤੇ ਹੈਗੀ, ਜਿਹਦੀ ਗੱਲ ਤੁਸੀਂ ਵੀ ਥੋੜ੍ਹੀ ਜਿਹੀ ਕਰ ਰਹੇ ਸੀ ਕਿ ਕਿਸ ਤਰ੍ਹਾਂ ਸੈਨੇਟ ਦੀ ਮੈਜੋਰਿਟੀ ਇਸ ਵੇਲੇ ਰਿਪਬਲਿਕਨਸ ਕੋਲ ਹੈਗੀ, ਬਟ ਜੋਰਜੀਆ ਦੇ ਵਿੱਚ 2 ਸੈਨੇਟ ਸੀਟਸ ਓਪਨ ਹਨ, ਉਹ ਰਨ ਆਫ ਇਲੈਕਸ਼ਨਸ ਲਈ ਜਾ ਰਹੀਆਂ ਜਨਵਰੀ ਦੇ ਵਿੱਚ। ਜਸਪ੍ਰੀਤ ਜੀ, ਜੋਰਜੀਆ ਨੂੰ ਲੈ ਕੇ ਅੱਜ ਬਹੁਤ ਇੰਟਰਸਟਿੰਗ ਇੱਕ ਖਬਰ ਨਿਕਲੀ ਦੈਟ ਉੱਥੇ ਦੇ ਜੋ ਰਿਪਬਲਿਕ
तीन सैक्रटरी ऑफ स्टेट हैं जो अफकोर्स रीकाउंट भी ओवरसी कर रहे, जो जॉर्जिया विच सारी वोटों का रीकाउंट बाय हैंड इस वेले हो रहा है। उन्होंने ये कहा दैट बाकी रिपब्लिकन्स खास करके लिंडसी ग्रैम ने उन्होंने ये कोशिश की कि कुछ बैलेट्स नू काउंट ना किया जाए जो शायद प्रेजिडेंट ट्रंप के फेवर विच नहीं सन। ये चीज़ इलीगल है कि ये ते तोड़ा कोई कॉमेंट? बिल्कुल इलीगल है जी, क्योंकि जरा उन्होंने बयान आया सैक्रेटरी ऑफ स्टेट का, पहला तो जरा उन्होंने हैंड काउंट किया पहला तो यही अनप्रेसिडेंटेड है। अच्छा जी, ये अमेरिकन हिस्ट्री च नहीं कदे होया भी इन्ना वड्डे लेवल ते एक जिहड़े मिलियनस ऑफ वोट्स ने हत्थां नाल काउंट करनी है संस्था गवर्नमेंट बॉडी दी जनरल सर्विसेज एडमिनिस्ट्रेशन उन्होंने ओके नहीं दे रही, ये किस तरह का प्रोसेस होया कि अगर तुसी एक प्रेजिडेंट इलेक्ट बन गए हो तुहानू कुछ बहुत इंपॉर्टेंट चीज़ा जिस तरह नैशनल सिक्योरिटी की गल पेंडेमिक की गल अप्रोप्रिएट एजेंसीज के नाल तुसी नहीं कर पा रहे बिकॉज इस जनरल सर्विसेज एडमिनिस्ट्रेशन एजेंसी तो तुहानू क्लीयरेंस नहीं मिली, तो एक ही सिचुएशन डिवेलप हो रही है? इस तरह होंदा कि जदों एक एडमिनिस्ट्रेशन जिहड़ी दूजी एडमिनिस्ट्रेशन नूं टेक ओवर करदी है तां उहनूं ट्रांजिशन पीरियड कहा जांदा, ते को ट्रांजिशन टीम बणाउंदे आ ते बकायदा इक ट्रांजिशन ऑफिस हुंदा जी जिहदे विच कि उहनां दी टीम जा के उह सारे जिहड़े डिपार्टमेंट्स ने उहनां दे जिहड़े जो भी ऑफिशियल नूं मिलदी आ टेक ओवर करदे आ जी, ते इनफॉर्मेशन शेयर हुंदी आ। उह जिहड़ी हुण प्रेजिडेंट ट्रंप दी एडमिनिस्ट्रेशन आ उहनां ने ਇਹ ਕਿਹਾ ਕਿ ਅਸੀਂ ਅਜੇ ਤੱਕ ਕੋਈ ਜਿੰਨੀ ਦੇਰ ਕੇਸ ਕੀਤੇ ਆ ਉਹਨਾਂ ਨੇ ਤੇ ਕੋਈ ਵੀ ਜਿਹੜੀ ਇਨਫੋਰਮੇਸ਼ਨ ਹੈਗੀ ਆ ਜਾਂ ਕੋਈ ਇਨਪੁੱਟ ਜਿਹੜੀ ਆ ਉਹ ਟ੍ਰਾਂਜੀਸ਼ਨ ਟੀਮ ਨੂੰ ਨਹੀਂ ਦੇਣੀ। ਅੱਛਾ ਜੀ,
ਤੇ ਉਹਦੇ ਕਰਕੇ ਉਹ ਜਿਹੜੀ ਇਹਨਾਂ ਦੀ ਟ੍ਰਾਂਜੀਸ਼ਨ ਟੀਮ ਹੈ ਉਹਨੂੰ ਕੋਈ ਵੀ ਇਨਫੋਰਮੇਸ਼ਨ ਨਹੀਂ ਦੇ ਰਹੇ ਜਿਹਦੇ ਕਰਕੇ ਕਿ ਜਿਹੜੇ ਇਸ਼ੂਜ਼ ਨੇ ਖਾਸ ਕਰਕੇ ਕੋਵਿਡ ਨਾਲ ਰਿਲੇਟਡ ਗੱਲਾਂ ਕੋਵਿਡ ਬਹੁਤ ਵੱਧ ਰਿਹਾ ਉਹ ਸਾਰੇ ਸਫਰ ਕਰ ਰਹੇ ਆ ਕਿਉਂਕਿ ਜਿਹੜੀ ਨਵੀਂ ਐਡਮਿਨਿਸਟ੍ਰੇਸ਼ਨ ਆਉਣ ਵਾਲੀ ਆ ਉਹਨਾਂ ਨੂੰ ਇਹ ਜਿਹੜਾ ਹੈਗਾ ਹਨੇਰੇ 'ਚ ਰੱਖ ਰਹੇ ਆ ਦੇ ਆਰ ਕੈਪਟਨ ਰਿਟਾਇਰ ਕਿ ਕੀ ਮਤਲਬ ਹੋ ਰਿਹਾ ਜਾਂ ਕੌਣ ਕੀ ਕਰ ਰਿਹਾ ਜਾਂ ਕੀ ਅੱਗੇ ਤੋਂ ਹੋਣਾ ਚਾਹੀਦਾ ਉਹਦੇ ਵਿੱਚ ਕੋਈ ਕੋਆਰਡੀਨੇਸ਼ਨ ਤੁਸੀਂ ਇਹ ਕਹਿ ਲਓ ਕਿ ਜਿਹੜੀ ਆਊਟਗੋਇੰਗ ਐਡਮਿਨਿਸਟ੍ਰੇਸ਼ਨ ਹੈਗੀ ਹੁਣ ਟਰੰਪ ਸਾਹਿਬ ਦੀ ਜਿਹੜੀ ਇਨਕਮਿੰਗ ਐਡਮਿਨਿਸਟ੍ਰੇਸ਼ਨ ਉਹਨਾਂ 'ਚ ਕੋਈ ਵੀ ਕੋਆਰਡੀਨੇਸ਼ਨ ਨਹੀਂ ਹੈਗੀ ਆਪਸ 'ਚ ਬਿਲਕੁਲ ਤੇ ਉਹਦਾ ਨੁਕਸਾਨ ਜਿਹੜਾ ਹੈਗਾ ਉਹ ਨੈਸ਼ਨਲ ਸਿਕਿਉਰਿਟੀ ਦੇ ਮਤਲਬ ਪੁਆਇੰਟ ਆਫ ਵਿਊ ਤੋਂ ਵੀ ਜਿਹੜਾ ਹੈਗਾ ਹੋ ਸਕਦਾ ਕਹਿ ਰਹੇ ਨੇ ਕਿ ਜਿਹੜੀ ਇਹਨਾਂ ਦੀ ਇੰਟੈਲੀਜੈਂਸ ਮਤਲਬ ਜਾਂਦੀ ਆ ਉਹ ਸੇਮ ਜਾਣੀ ਚਾਹੀਦੀ ਹੈ ਪ੍ਰੈਜ਼ੀਡੈਂਟ ਲੱਗ ਜੀ ਨੈਸ਼ਨਲ ਸਿਕਿਉਰਿਟੀ ਇਸ਼ੂਜ਼ ਨੇ ਉਹ ਸਫਰ ਨਾ ਕਰ ਜੀ ਸੋ ਇਹਦਾ ਜਿਹੜਾ ਹੈਗਾ ਨੁਕਸਾਨ ਹੋ ਰਿਹਾ ਮਤਲਬ ਕੁੱਲ ਮਿਲਾਏ ਕੰਟਰੀ ਨੂੰ ਜੀ ਜਸਪ੍ਰੀਤ ਜੀ ਨਹੀਂ ਤੇ ਉਹ ਜਿਤੇ ਜੀ ਜਸਪ੍ਰੀਤ ਜੀ ਤੁਸੀਂ ਇਹ ਲਾਸਟ ਵਾਲੀ ਆਪਣੀ ਲਾਸਟ ਵਾਲੀ ਗੱਲ ਰਿਪੀਟ ਕਰ ਸਕਦੇ ਥੋੜੀ ਜਿਹੀ ਤੁਹਾਡੀ ਆਵਾਜ਼ ਕੱਟ ਰਹੀ ਹੈ ਮੈਂ ਕਿਹਾ ਜਿਹੜੀ ਹੁਣ ਐਡਮਿਨਿਸਟ੍ਰੇਸ਼ਨ ਹੈ ਉਹ ਇਹ ਸਮਝ ਰਹੀ ਆ ਉਹਨਾਂ ਦਾ ਸਟੈਂਡ ਇਹ ਹੈਗਾ ਕਿ ਅਜੇ ਤੱਕ ਜਿਹੜੇ ਹੈਗੇ ਜੋ ਬਾਈਡਨ ਇਲੈਕਸ਼ਨ ਨਹੀਂ ਜਿੱਤੇ ਅੱਛਾ ਜੀ ਤੇ ਉਹ ਪ੍ਰੈਜ਼ੀਡੈਂਟ ਇਲੈਕਟ ਉਹਨਾਂ ਨੂੰ ਮੰਨਦਾ ਹੀ ਨਹੀਂ ਜਿਹਦੇ ਕਰਕੇ ਉਹ ਇਨਫੋਰਮੇਸ਼ਨ ਜਿਹੜੀ ਆ ਉਹਨਾਂ ਨਾਲ ਨਹੀਂ ਸ਼ੇਅਰ ਕਰ ਰਹੇ ਤੇ ਉਹਨਾਂ ਜਿਹੜੀ ਮਤਲਬ ਟ੍ਰਾਂਜੀਸ਼ਨ ਟੀਮ ਆ ਉਹਨੂੰ ਕੋਈ ਇਨਪੁੱਟ ਨਹੀਂ ਦੇ ਰਹੇ ਅੱਛਾ ਜੀ ਤੇ ਜੋ ਕਿ ਗਲਤ ਆ ਉਹਨਾਂ ਨੂੰ ਦੇਣੀ ਚਾਹੀਦੀ ਆ ਕਿਉਂਕਿ ਇਹ ਤਾਂ ਜਿਹੜਾ ਮਤਲਬ ਸਾਰਿਆਂ ਨੂੰ ਹੀ ਪਤਾ ਆ ਗੱਲ ਕਲੀਅਰ ਹੈਗੀ ਆ ਕਿ ਜਿੰਨਾ ਫਰਕ ਹੈਗਾ ਉਨਾ ਫਰਕ ਓਵਰਕਮ ਨਹੀਂ ਹੋਣਾ ਕਿਉਂਕਿ ਜੇ ਰੀਕਾਊਂਟ ਵੀ ਕਰ ਲਓਗੇ ਉਹਦੇ ਵਿੱਚ 15,000 20,000 ਵੋਟਾਂ ਦਾ ਫਰਕ ਹੁਣ ਦੇਖੋ ਜਿਹੜਾ ਜਾਰਜੀਆ ਦੇ ਵਿੱਚ 14,000 ਦਾ ਜਿਹੜਾ ਫਰਕ ਹੈ ਹੁਣ ਘੱਟ ਕੇ 13 ਦਾ ਰਹਿ ਗਿਆ ਚਲੋ ਜੀ ਵਿਸਕੌਨਸਿਨ 'ਚ 20 ਆ ਨਵਾਡਾ 'ਚ 35 ਆ ਤੇ ਜਿਹੜਾ ਹੈਗਾ ਪੈਨਸਲਵੇਨੀਆ 'ਚ 65,000 ਤੋਂ ਉੱਪਰ ਆ ਇੰਨਾ ਫਰਕ ਜਿਹੜਾ ਹੈਗਾ ਉਹ ਤੁਸੀਂ ਰੀਕਾਊਂਟਾਂ ਦੇ ਵਿੱਚ ਜਾਂ ਕੋਰਟਾਂ 'ਚ ਕੇਸ ਕਰਕੇ ਕਿਸ ਤਰ੍ਹਾਂ ਮਤਲਬ ਉਹਨੂੰ ਤੁਸੀਂ ਕਰ ਸਕਦੇ ਹੋ ਕਵਰ ਉਹ ਨਹੀਂ ਹੋਣਾ ਜੀ ਸੋ ਇਸ ਕਰਕੇ ਉਹ ਤਾਂ ਜਦੋਂ ਸਟੇਟਾਂ ਨੇ ਸਰਟੀਫਾਈ ਕਰਤਾ ਰਿਜ਼ਲਟ ਉਸ ਤੋਂ ਬਾਅਦ ਇਹ ਕਨਸੀਡ ਕਰਨ ਨਾ ਕਰਨ ਉਹਦਾ ਕੋਈ ਫਰਕ ਨਹੀਂ ਪੈਂਦਾ ਉਹ ਪ੍ਰੋਸੈਸ ਆਪਣੇ ਆਪ ਅੱਗੇ ਤੁਰਦਾ ਜੀ 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 ਨੋ ਆਈ ਥਿੰਕ ਇਸ ਵੇਲੇ ਹਰ ਇੱਕ ਬੰਦਾ ਥੋੜ੍ਹਾ ਜਿਹਾ ਸਰਪ੍ਰਾਈਜ਼ਡ ਹੈ ਕਿ ਕਿਸ ਤਰ੍ਹਾਂ ਇਹ ਚੀਜ਼ ਪਲੇ ਆਊਟ ਹੋ ਰਹੀ ਹੈ ਸਰਟਨਲੀ ਆਪਾਂ ਕਹਿ ਸਕਦੇ ਹਾਂ ਮਾਡਰਨ ਹਿਸਟਰੀ ਦੇ ਵਿੱਚ ਕਦੀ ਇਸ ਤਰ੍ਹਾਂ ਦੀ ਟ੍ਰਾਂਜੀਸ਼ਨ ਨਹੀਂ ਵੇਖਣ ਨੂੰ ਮਿਲੀ ਜਸਪ੍ਰੀਤ ਜੀ ਇੱਕ ਲੋਇਰ ਹੋਣ ਦੇ ਨਾਤੇ ਤੁਸੀਂ ਥੋੜ੍ਹਾ ਜਿਹਾ ਸਾਨੂੰ ਕਮੈਂਟ ਦਿਓ ਜੋ ਵੱਖ ਵੱਖ ਇਸ ਵੇਲੇ ਲਿਟੀਗੇਸ਼ਨ ਲੋਸੂਟਸ ਪ੍ਰੈਜ਼ੀਡੈਂਟ ਟਰੰਪ ਦੇ ਖਿਲਾਫ਼ ਜਾਰੀ ਹਨ ਜੋ ਸ਼ਾਇਦ ਜਦੋਂ ਉਹ ਪ੍ਰੈਜ਼ੀਡੈਂਟ ਸੀਗੇ ਉਹਨਾਂ 'ਤੇ ਨਹੀਂ ਇਹਨਾਂ ਦਾ ਕੋਈ ਇੰਪੈਕਟ ਸੀਗਾ ਬਟ ਅਗਰ ਉਹ ਪ੍ਰੈਜ਼ੀਡੈਂਟ ਨਹੀਂ ਰਹਿੰਦੇ ਇਹ ਲੋਸੂਟਸ ਕਿਸ ਤਰ੍ਹਾਂ ਉਹਨਾਂ ਨੂੰ ਇੰਪੈਕਟ ਕਰ ਸਕਦੇ ਖਾਸ ਕਰਕੇ ਅਗਰ ਆਪਾਂ ਜੋ ਨਿਊਯਾਰਕ ਵਿੱਚ ਅਟਰਨੀ ਜਨਰਲ ਅਤੇ ਸਦਰਨ ਡਿਸਟ੍ਰਿਕਟ ਆਫ ਨਿਊਯਾਰਕ ਜੋ ਯੂ ਐੱਸ ਅਟਰਨੀਜ਼ ਇਹਨਾਂ ਦੇ ਖਿਲਾਫ਼ ਲੋਸੂਟਸ ਲੈ ਕੇ ਆ ਰਹੇ ਉਹਨਾਂ ਦੇ ਬਾਰੇ ਤੁਸੀਂ ਕੀ ਕਹਿ ਸਕਦੇ ਹੋ ਦੇਖੋ ਜਿਹੜੇ ਲੋਸੂਟ ਨੇ ਉਹ ਤਾਂ ਜਦੋਂ ਇਹ ਪ੍ਰੈਜ਼ੀਡੈਂਟ ਨਹੀਂ ਰਹਿਣਗੇ ਤਾਂ ਇਹਨਾਂ ਨੂੰ ਆਪ ਡਿਫੈਂਡ ਕਰਨੇ ਪੈਣੇ ਆਪਣੇ ਪੱਲਿਓਂ ਤੇ ਦੂਸਰਾ ਇਹ ਆ ਕਿ ਉਹ ਚੱਲਣਗੇ ਅਨਲੈਸ ਕਿ ਆਪਣੇ ਆਪ ਨੂੰ ਆਪ ਹੀ ਪਾਰਡਨ ਨਹੀਂ ਕਰ ਦਿੰਦੇ ਪਰ ਪਾਰਡਨ ਵੀ ਇਹ ਉਹ ਉਹਨਾਂ ਚੀਜ਼ਾਂ ਦੇ ਮਤਲਬ ਕਰ ਸਕਦੇ ਨੇ ਜਿਹੜੀਆਂ ਆਲਰੇਡੀ ਐਗਜ਼ਿਸਟ ਕਰਦੀਆਂ ਨੇ ਜੇ ਹੁਣ ਕੱਲ੍ਹ ਨੂੰ ਕੋਈ ਨਵੀਂ ਚੀਜ਼ ਨਿਕਲਿਆ ਜੀ ਤਾਂ ਉਹਦੇ ਵਿੱਚ ਤਾਂ ਪਾਰਡਨ ਜਦੋਂ ਇੱਕ ਵਾਰੀ ਇਹ ਉਸ ਪੋਜੀਸ਼ਨ ਤੋਂ ਹਟ ਕੇ ਪ੍ਰੈਜ਼ੀਡੈਂਟ ਆ ਰਹੇ ਤਾਂ ਕਿਸ ਤਰ੍ਹਾਂ ਕਰਨਗੇ ਸੋ ਉਹ ਲੋਸੂਟ ਤਾਂ ਜਿਹੜੇ ਹੈਗੇ ਕਿਹਨੂੰ ਕਿਹਨੂੰ ਰੋਕਣਗੇ ਕਿਉਂਕਿ ਅੱਡ ਅੱਡ ਕਿਸਮਾਂ ਦੇ ਆ ਕਈ ਮਤਲਬ ਕਿਸਮ ਦੇ ਕਈ ਸਿਵਲ ਵੀ ਹੈਗੇ ਆ ਜੀ ਤੇ ਇਸ ਕਰਕੇ ਕਈ ਮਤਲਬ ਟੈਕਸ ਰਿਲੇਟਡ ਵੀ ਕਈ ਕੁਛ ਆ ਤੇ ਉਹ ਸਾਰਾ ਕੁਛ ਜਿਹੜਾ ਹੈਗਾ ਉਹਨੂੰ ਇਹ ਇੱਕਦਮ ਮਤਲਬ ਇਹਨਾਂ ਨੂੰ ਆਪ ਡਿਫੈਂਡ ਕਰਨਾ ਪਏਗਾ ਕੁਛ ਜਿਹੜੀ ਹੁਣ ਇਮਿਊਨਿਟੀ ਮਿਲੀ ਪ੍ਰੈਜ਼ੀਡੈਂਟ ਦੀ ਉਹ ਵੀ ਨਹੀਂ ਰਹਿਣੀ ਤੇ ਉਹ ਫਿਰ ਇਹਨਾਂ ਵਾਸਤੇ ਮਤਲਬ ਕੁੱਲ ਮਿਲਾ ਕੇ ਜੀ ਜਸਪ੍ਰੀਤ ਜੀ ਕੁਛ ਆਪਾਂ ਕਹਿ ਸਕਦੇ ਹਾਂ ਲੋਕਾਂ ਦਾ ਇਹ ਵੀ ਖਿਆਲ ਹੈ ਦੈਟ ਜੋ ਬਾਈਡਨ ਨੂੰ ਪ੍ਰੈਜ਼ੀਡੈਂਟ ਟਰੰਪ ਨੂੰ ਆਪਾਂ ਕਹਿ ਸਕਦੇ ਅਕਾਊਂਟੇਬਲ ਹੋਲਡ ਕਰਨਾ ਚਾਹੀਦਾ ਹੈ ਬਟ ਕੁਛ ਲੋਕਾਂ ਦਾ ਇਹ ਕਹਿਣਾ ਹੈ ਕਿ ਅਗਰ ਉਹ ਆਪਣੇ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਪ੍ਰੈਜ਼ੀਡੈਂਟ ਟਰੰਪ ਦੇ ਪਿੱਛੇ ਜਾਂਦੇ ਹੈ ਇਹ ਵੀ ਇੱਥੇ ਦੀ ਪਰੰਪਰਾ ਨਹੀਂ ਹੈਗੀ ਕਿ ਤੁਸੀਂ ਆਪਣੇ ਪੋਲੀਟੀਕਲ ਅਪੋਨੈਂਟ ਨੂੰ ਪ੍ਰੋਸੀਕਿਊਟ ਕਰ ਰਹੇ ਹੋ ਬਟ ਅਗਰ ਤੁਸੀਂ ਨਹੀਂ ਉਹਨਾਂ ਨੂੰ ਅਕਾਊਂਟੇਬਲ ਹੋਲਡ ਕਰਦੇ ਤਾਂ ਇਹ ਕੀ ਮੈਸੇਜ ਸੈਂਡ ਕਰਦਾ ਹੈ ਤੁਹਾਡੇ ਖਿਆਲ ਜੋ ਬਾਈਡਨ ਦੀ ਐਡਮਿਨਿਸਟ੍ਰੇਸ਼ਨ ਦਾ ਕੀ ਰੋਲ ਹੋਣਾ ਚਾਹੀਦਾ ਹੈ ਪ੍ਰੈਜ਼ੀਡੈਂਟ ਟਰੰਪ ਦੇ ਇਹ ਜੋ ਵੱਖ ਵੱਖ ਐਲੀਗੇਸ਼ਨਸ ਹਨ ਉਹਨਾਂ ਦੇ ਖਿਲਾਫ ਇਹਨਾਂ ਦੀ ਪ੍ਰੋਸੀਕਿਊਸ਼ਨ ਦੇ ਵਿੱਚ ਮੇਰਾ ਖਿਆਲ ਹੈ ਜਿਹੜੀ ਉਹਦੀ ਐਡਮਿਨਿਸਟ੍ਰੇਸ਼ਨ ਦਾ ਉਹਦਾ ਰੋਲ ਰਹੂਗਾ ਇੰਪਾਰਸ਼ਲ ਰਹਿਣਗੇ ਉਹ ਤਾਂ ਜੇ ਹੁਣ ਲਾਅ ਕੋਈ ਜਾਂ ਕੋਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਉਹ ਚੱਲੂਗਾ ਉਹ ਆਪਣੇ ਤੌਰ ਤੇ ਕਰਦੇ ਜੀ ਜਿਵੇਂ ਗਵਰਨਮੈਂਟ ਜਿਹੜੀ ਆ ਜਾਂ ਪ੍ਰੈਜ਼ੀਡੈਂਟ ਕਹੂਗਾ ਇਹਨਾਂ ਨੂੰ
ਲੇਕਿਨ ਜਿਹੜੇ ਕੋਰਟਾਂ 'ਚ ਕੇਸ ਚੱਲ ਰਹੇ ਨੇ ਅਲੱਗ ਅਲੱਗ ਜਗ੍ਹਾ ਤੇ ਉਹਨਾਂ ਨੂੰ ਮੇਰਾ ਖਿਆਲ ਇੰਟਰਫੇਅਰ ਵੀ ਨਹੀਂ ਕਰਦੇ, ਇਹ ਵੀ ਨਹੀਂ ਕਹਿਣਗੇ ਉਹਨਾਂ ਨੂੰ ਵੀ ਇਹ ਕੇਸ ਬੰਦ ਕਰ ਦਿਓ ਜੀ, ਤੇ ਉਹ ਆਪਣੇ ਆਪ ਚੱਲਣਗੇ। ਪਰ ਜਿਹੜੀ ਆਪ ਫੈਡਰਲ ਗਵਰਨਮੈਂਟ ਹੈਗੀ ਆ ਜਾਂ ਜਿਵੇਂ ਹੁਣ ਜੋ ਬਾਈਡਨ ਹੋ ਗਏ ਜਾਂ ਉਹਨਾਂ ਦਾ ਅਟਾਰਨੀ ਜਨਰਲ ਹੋ ਗਿਆ, ਉਹ ਇਹਨਾਂ ਦੇ ਖਿਲਾਫ਼ ਮੇਰਾ ਨਹੀਂ ਲੱਗਦਾ ਖਿਆਲ ਹੈਗਾ ਵੀ ਪ੍ਰੈਜ਼ੀਡੈਂਟ ਟਰੰਪ ਦੇ ਖਿਲਾਫ਼ ਕੋਈ ਕਾਰਵਾਈ ਕਰਨਗੇ ਆਪਣੇ ਤੌਰ ਤੇ। ਕੋਈ ਫਿਊਚਰ ਨਵੀਂ ਕਾਰਵਾਈ ਜਿਹੜੀ ਕੋਈ ਹੋਰ ਇਨਵੈਸਟੀਗੇਸ਼ਨ ਫਰਦਰ ਏਦਾਂ ਨਹੀਂ ਹੋਏਗੀ, ਇੰਪਾਰਸ਼ਲ ਰਹਿਣਗੇ। ਤੇ ਇਹਦੇ ਵਿੱਚ ਕਿਉਂਕਿ ਇੱਕ ਹੈਗਾ ਪ੍ਰੈਜ਼ੀਡੈਂਟ ਵੀ ਜਿਹੜਾ ਆਊਟਗੋਇੰਗ ਹੁੰਦਾ, ਮਤਲਬ ਪ੍ਰੈਜ਼ੀਡੈਂਟ ਨੂੰ ਉਹ ਜਿਹੜਾ ਪਹਿਲਾ ਪ੍ਰੈਜ਼ੀਡੈਂਟ ਆ ਉਹਦੇ ਨਾਲ ਉਹ ਨਹੀਂ ਉਹਨੂੰ ਮਤਲਬ ਆਮ ਗੱਲਾਂ ਚੜ੍ਹਾਉਂਦਾ, ਤੇ ਉਹਨੂੰ ਮੇਰਾ ਖਿਆਲ ਪਾਲਣ ਕਰਨਗੇ ਕਿਉਂਕਿ ਜੋ ਬਾਈਡਨ ਤਾਂ ਆਪ ਬੜੇ ਜ਼ਿਆਦਾ ਐਕਸਪੀਰੀਅੰਸ ਨੇ ਇੰਨੇ ਸਾਲ ਤੋਂ ਮਤਲਬ ਪੋਲਿਟਿਕਸ ਦੇ ਵਿੱਚ ਨੇ, ਜਿਹੜੇ ਅਹੁਦਿਆਂ 'ਚ ਰਹੇ, ਸੈਂਟਰ ਰਹੇ ਨੇ, ਵਾਈਸ ਪ੍ਰੈਜ਼ੀਡੈਂਟ ਰਹੇ ਨੇ। ਲੇਕਿਨ ਜਿਹੜੇ ਆਲਰੇਡੀ ਕੇਸ ਚੱਲ ਰਹੇ ਨੇ ਉਹਨਾਂ ਤੇ ਉਹਦਾ ਕੋਈ ਇੰਪੈਕਟ ਨਹੀਂ ਪੈਣਾ। ਉਹ ਤਾਂ ਇਹ ਆ ਵੀ ਜੋ ਬਾਈਡਨ ਆਪਣੇ ਤੌਰ ਤੇ ਨਹੀਂ ਕੋਈ ਕਰਨਗੇ ਇਨਵੈਸਟੀਗੇਸ਼ਨ ਜਾਂ ਕੇਸ ਚਲਾਉਣਗੇ, ਪਰ ਉਹਨਾਂ ਦੇ ਜਿਹੜਾ ਪ੍ਰੈਸ਼ਰ ਤਾਂ ਪਏਗਾ ਵੈਸੇ ਡੈਮੋਕ੍ਰੈਟਿਕ ਪਾਰਟੀ ਦੇ ਇੱਕ ਬਿੰਦੂ ਵੱਲੋਂ ਵੀ ਕਰੋ ਤੇ ਹੋ ਸਕਦਾ ਮਤਲਬ ਕਰਨਾ ਵੀ ਪੈ ਜਾਵੇ। ਪਰ ਉਹਨਾਂ ਦੀ ਜਿੱਦਾਂ ਦੀ ਨੇਚਰ ਹੈਗੀ ਆ, ਮੈਨੂੰ ਲੱਗਦਾ ਨਹੀਂ ਉਹ ਬੜੇ ਚੰਗੇ ਸੌਫਟ ਹਾਰਟਡ ਤੇ ਕਾਇੰਡ ਹਾਰਟਡ ਬੰਦੇ ਨੇ, ਤੇ ਮੈਨੂੰ ਨਹੀਂ ਲੱਗਦਾ ਵੀ ਉਹ ਜ਼ਿਆਦਾ ਕਰਨ। ਪਰ ਜਿਹੜੇ ਆਲਰੇਡੀ ਕੇਸ ਚੱਲ ਰਹੇ ਆ ਉਹਨਾਂ ਦੇ ਟਰੰਪ ਸਾਹਿਬ ਤੇ, ਉਹਨਾਂ ਦਾ ਨਹੀਂ ਅਸਰ ਪੈਣਾ ਉੱਤੇ ਕੋਈ ਵੀ, ਉਹਨਾਂ ਦੀ ਮਤਲਬ ਉਹ ਆਪਣੇ ਤੌਰ ਤੇ ਚੱਲਦੇ ਰਹਿਣਗੇ। ਜੀ, ਥੈਂਕ ਯੂ ਸੋ ਮਚ ਜਸਪ੍ਰੀਤ ਜੀ, ਤੁਸੀਂ ਸਾਡੇ ਨਾਲ ਜੁੜੇ। ਇਸੇ ਤਰ੍ਹਾਂ ਤੁਹਾਨੂੰ ਅਗਲੇ ਹਫਤੇ ਮਿਲਾਂਗੇ ਲਾਈਵ। ਤੁਹਾਡੀ ਇਨਫੋਰਮੇਸ਼ਨ ਸਕਰੀਨ ਤੇ ਲਿਖੀ ਹੋਈ ਮੈਂ ਚਾਹੁੰਦੀ ਹਾਂ ਸਾਰੇ ਦਰਸ਼ਕਾਂ ਨੂੰ ਪਤਾ ਹੋਏ। ਜਸਪ੍ਰੀਤ ਜੀ ਇਮੀਗ੍ਰੇਸ਼ਨ ਲਾਇਰ ਤੇ ਹੋਰ ਲੀਗਲ ਮਸਲਿਆਂ ਲਈ ਤੁਸੀਂ ਕੰਟੈਕਟ ਕਰ ਸਕਦੇ ਹੋ, ਨੇਸ਼ਨ ਵਾਈਡ ਸਰਵਿਸ ਪ੍ਰੋਵਾਈਡ ਕਰਦੇ ਆ। ਸਕਰੀਨ ਤੇ ਲਿਖੇ ਹੋਏ ਨੰਬਰ ਤੇ ਕੰਟੈਕਟ ਕਰ ਸਕਦੇ ਹੋ। ਜਸਪ੍ਰੀਤ ਜੀ, ਥੈਂਕ ਯੂ ਸੋ ਮਚ, ਹੈਵ ਅ ਗੁੱਡ ਰੈਸਟ ਆਫ ਯੂਰ ਵੀਕ। ਸਤਿ ਸ਼੍ਰੀ ਅਕਾਲ। ਐਂਡ ਇਸ ਪ੍ਰੋਗਰਾਮ ਨੂੰ ਲੈ ਕੇ ਤੁਸੀਂ ਸਾਡੇ ਲਈ ਕੋਈ ਕੁਐਸਚਨਸ, ਕਮੈਂਟਸ, ਕੰਸਰਨਸ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਵੀ ਕੰਟੈਕਟ ਕਰ ਸਕਦੇ ਹੋ। info@justbroadcasting.com, ashmita@justbroadcasting.com। ਹੁਣ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।